ਜਿਹੜਾ ਹੁੰਦਾ ਨਾ ਏਸੀ ਵਾਲਾ, ਇਹ ਨਹੀਂ ਛੱਡ ਸਕਦਾ। ਇਹ ਨਿਕਾ ਉਹ ਜਦੋਂ ਮੈਂ ਕਲਰ ਨਹੀਂ ਸੀ ਪਾਇਆ, ਉਹ ਆਖ ਵੇਲਾ ਤੇ ਮੈਂ ਚਲ ਗਿਆ ਫੇਰਾ ਮਾਨ, ਫੇਰਾ ਮਾਨ ਚਲ ਗਿਆ। ਤੇ ਉਹ ਨਾ ਇੱਕ ਆਈ ਉਹਨਾਂ ਦੀ ਟੈਕਸੀ ਜੀ, ਟੈਕਸੀ ਤੇ ਉਹਦਾ ਏਸੀ ਖਰਾਬ, ਉਹਦੇ ਵਿੱਚ ਜਿਹੜਾ ਅਫਸਰ ਬੈਠਾ ਹੈ ਨਾ, ਪਰ ਜੜਾ ਉਹਦਾ ਮੰਦਾ ਹਾਲ। ਮੈਂ ਟਾਹਲੀ ਥੱਲੇ ਲੈਣ ਨਾ ਛਾਵੇਂ ਖੜਾ ਸੀਗਾ, ਉਹ ਵੀ ਦਫਾ ਦਫ ਨਾਲ ਨਿਕਲ ਕੇ ਮੇਰੇ ਕੋਲ ਨੂੰ ਆਇਆ। ਆ ਕੇ ਕਹਿੰਦਾ ਯਾਰ ਗਰਮੀ ਇੱਥੇ ਵੀ ਬਹੁਤ, ਏਸੀ ਦੇ ਰਹਿਣਾ ਹੈ, ਇੱਥੋਂ ਨਿਕਲਣ ਵਾਲੀ ਗੱਲ ਕਰੋ, ਨਹੀਂ ਤਾਂ ਦਾ ਨਹੀਂ ਹਾਲ ਕੋਈ ਵੀ ਰਹਿਣਾ। ਇੱਥੋਂ ਮੈਂ ਹੁਣ ਪੈਣਾ ਸੇਕ, ਉਹ ਉੱਥੋਂ ਦਵਾ ਦਬ ਖਲੋਤਾ ਖਲੋਤਾ ਨੱਸ ਪਿਆ। ਉਹਨੂੰ ਕਹਿੰਦਾ ਡਰਾਈਵਰ ਨੂੰ ਛੇਤੀ ਹੀ ਕਰ, ਕਹਿੰਦਾ ਕਿਸ ਪਾਸੇ ਏਸੀ ਠੀਕ ਕਰਾ, ਅਤੇ ਚਰੀਏ ਕਹਿੰਦਾ ਭਜਾ ਇੱਥੋਂ। ਉਹਨਾਂ ਇੱਕ ਮਿੰਟ ਨਹੀਂ ਸੀ ਖਲੋ ਸਕਦਾ ਉਤਰਨੇ ਦੇ। ਹਾਂਜੀ, ਤੇ ਦੇਖੀ ਸਾਰੇ ਆਉਂਦੇ, ਸਾਰੇ ਆਉਣੇ ਫਰਨ ਫਰਨ ਇੱਦਾਂ ਹੀ ਹੋਣੇ। ਇਹ ਵੀ ਹੁਣ ਆ ਚੁੱਪ ਕਰਕੇ ਹਜੇ ਜਿਲੋਂ ਇਹਦੇ 6 ਮਹੀਨੇ ਰਹਿ ਜਾਣੇ ਆ ਨਾ, ਇਹਨੇ ਫਿਰ ਨਾ ਆਵਾਮ ਨੂੰ ਡੰਡਾ ਪਾ ਦੇਣਾ ਹੈ, ਇਹਨੇ ਮਹਿੰਗਾਈ ਵੀ ਤੋੜ ਦੇਣੀ ਹੈ, ਤੇਲ ਵੀ ਤੋੜ ਦੇਣਾ ਹੈ, ਇਹਨੇ ਖਾਣ ਪੀਣ ਦੀਆਂ ਚੀਜ਼ਾਂ ਵੀ ਤੋੜ ਦੇਣੀਆਂ ਸਾਰੀਆਂ, ਤੇ ਕੰਟਰੋਲ ਇਹਨੇ ਕਰ ਜਾਣਾ ਹੈ। ਫਿਰ ਇਹਨੇ ਕਹਿਣਾ ਜੀ ਹਰ ਚੀਜ਼ ਦਾ ਖਿਆਲ ਕਰੋ ਜੀ, ਹਾਲਾਤ ਬਿਹਤਰ ਕਰੋ, ਇੰਝ ਕਰੋ ਜੀ, ਬਿਜਲੀ ਦਾ ਵੀ ਰੇਟ ਤੋੜ ਦੇਣਾ, ਹਰ ਚੀਜ਼ ਦੇ ਦੋ ਦੋ ਚਾਰ ਚਾਰ ਰੁਪਈਏ ਨਾ ਇਹਨੇ ਆਪੇ ਹਰ ਚੀਜ਼ ਥੱਲੇ ਸਿੱਟ ਦੇਣੀ ਜੱਕ ਦਾਂਗੇ। ਕਹਿਣਾ ਜੀ ਹਕੂਮਤ ਬੜੀ ਮੁੜ ਕੇ, ਫਿਰ ਸਾਰਿਆਂ ਜਿਹੜੇ ਇਹਦੇ ਕਰਿੰਦੇ ਉਹਨਾਂ ਨੇ ਫਿਰ ਟੱਪ ਉੱਠਣਾ, ਉਹਨਾਂ ਕਹਿਣਾ ਹਕੂਮਤ ਬੜੀ ਡੋਰੀ ਕੀਤੀ ਹੈ ਜੀ। ਮੁੜ ਕੇ ਫਿਰ ਆਵਾਮ ਵੀ ਤੋੜਨਾ, ਆਵਾਮ ਫਿਰ ਤੇਰੇ ਮੇਰੇ ਵਰਗਿਆਂ ਨੇ ਇੱਥੇ ਵੋਟਾਂ ਦੇ ਇੱਕ ਦੂਜੇ ਲੜ ਲੜ ਮਰ ਜਾਣਾ, ਸਦਾਈ ਇੱਕ ਦੂਜੇ ਲੜ ਲੜ ਮਰ ਜਾਣਾ ਇੱਥੇ। ਤੂੰ ਮੇਰੇ ਵਗਰ ਦੇ ਦਿੱਤੇ, ਮੈਂ ਉਹੀ ਤੇ ਇਹਨਾਂ ਨਾਲ ਗੱਲ ਕਰਦਾ ਕਿ ਕਦੀ ਐਮਪੀਏ ਤੂੰ ਸਾਡਾ ਇਹ ਹੀ ਹਲਕੇ ਦੇ ਆ, ਐਮਪੀਏ ਐਮਐਨਏ, ਐਮਪੀਏ ਐਨਐਨਏ, ਹਾਂਜੀ ਐਮਐਨਏ ਐਮਐਨਏ, ਉਹ ਜਿਹੜੇ ਵੀ ਹੈਗੇ ਤੁਹਾਡੇ ਉਹ ਕਦੀ ਵੀ ਲੜੇ ਆ ਕਿਸੇ ਨੇ ਦੇਖੇ ਲੜਦੇ? ਹੁਣ ਦੇਖ ਲੈ ਬਈ, ਹੁਣ ਸਾਰਿਆਂ ਦੇ ਕੰਮ ਸਾਰੇ ਆ ਹੈ ਘਰ ਦਾ ਚੀਮਾ, ਸਾਈਆਂ ਦੇ ਸਾਰੇ ਕੰਮ ਇਹ ਕਰਦਾ, ਨਾ ਤਾਂ ਕਦੀ ਸਾਈ ਏਰੀਏ ਚ ਆਏ ਆ, ਨਾ ਕਦੀ ਚੀਮਾ ਹੀ ਏਰੀਏ ਚ ਆਇਆ, ਨਾ ਕਦੀ ਦੂਸਰਾ ਅਸਮ ਏਰੀਏ ਚ ਆਇਆ, ਅਸਮ ਨਜ਼ੀਰ ਕੇ ਬੜੇ, ਨਾ ਅਸਮ ਨਜ਼ੀਰ ਕੇ ਕਦੀ ਕੋਈ ਬੜੇ ਆ, ਇਸ ਤੋਂ ਪਹਿਲੇ ਜਿਹੜੇ ਸੀਗੇ ਉਹ ਵੀ ਨੀ ਕੋਈ ਵੀ ਆਇਆ ਗਿਆ, ਕੋਈ ਕਿਸੇ ਕਿਸਮ ਦੀ ਕੋਈ ਕਦੀ ਨੀ ਕਿਸੇ ਨੇ ਖਬਰ ਲਈ ਵੀ ਕੀ ਬਣਦਾ ਕੀ ਨਹੀਂ ਬਣਦਾ। ਹਾਲਾਂਕਿ ਇਹਨਾਂ ਦਾ ਹੱਕ ਬਣਦਾ ਜਿੱਦਾਂ ਉਹ ਇਲੈਕਸ਼ਨ ਦੇ ਦਰਮਿਆਨ ਘੁੰਮਦੇ ਆ, ਚਲੋ ਬਹੁਤਾ ਨਹੀਂ ਤੇ ਚਲੋ 2 ਮਹੀਨਿਆਂ ਬਾਅਦ ਹਰ ਪਿੰਡ ਦੇ ਵਿੱਚ ਚੱਕਰ ਤਾਂ ਲਾਇਆ ਕਰਨ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਆ ਕੇ ਤੇ ਦੱਸੋ ਹੋਵੇ ਸਾਨੂੰ, ਪਰ ਕੋਈ ਵੀ ਨੀ, ਕੋਈ ਵੀ ਨੀ ਬਣਦਾ। ਉਹ ਇਹ ਨੀ ਹੁਣ ਇਹ ਤੈਨੂੰ ਉੱਥੇ ਤੇ ਚੱਲ ਜਾ ਇਹਨਾਂ ਦੇ ਕੋਲ, ਜਿਹਦੇ ਕੋਲ ਮਰਜ਼ੀ ਕਹਿੰਦੇ ਉਹਦੇ ਕੋਲ ਚੱਲ, ਤੇਰੇ ਉਹਨਾਂ ਵੱਲ ਮੂੰਹ ਨੀ ਕਰਨਾ, ਬਿਲਕੁਲ ਇਹਨੇ ਬਾਤ ਹੀ ਨੀ ਪੁੱਛਦੇ। ਮੈਂ ਕਹਿੰਦਾ ਯਾਰ ਜਿਸ ਵਕਤ ਦਾ ਡਾਕਟਰ ਅਰਸ਼ਦ ਦਾ ਕੇਸ ਸੀਗਾ ਨਾ, ਉੱਥੇ ਚੌਰੀ ਹਸ਼ਮਤ ਉਸਲੋ ਗਿਆ ਸੀ, ਅੱਲਾ ਜਨਨ ਸੀ ਕਰੇ, ਇਹ ਗਿਆ ਸੀ ਆਪਣਾ ਯੂਸਫ ਅਲੀ ਗਿਆ ਸੀ, ਹੋਰ ਵੀ ਪਿੰਡ ਦੇ ਕੋਲ 5-7 ਬੰਦੇ ਮੁੰਡੇ ਮੋਰ ਮੋਤਵੇਰ ਜਿਹੜੇ ਵੀ ਸੀ ਨਾ ਮੋਤਵੇਰ, ਉਹ 5-7 ਬੰਦੇ ਉਹ ਸਿਆਣੇ ਸਿਆਣੇ ਨਾਲ ਲੈ ਕੇ ਗਏ ਸੀਗੇ, ਤੇ ਉਹਨਾਂ ਸਾਈ ਕੋ ਲਾਹੌਰ ਚੈਂਬਰ ਚ, ਠੀਕ ਹੈ ਨਾ, ਇਹਦੇ ਦਫ਼ਤਰ ਦੇ ਵਿੱਚ, ਤੇ ਇਹਨੂੰ ਕੋਈ ਬੰਦੇ ਨੂੰ ਅੰਦਰ ਵੜਨ ਦੀ ਇਜਾਜ਼ਤ ਨਹੀਂ ਸੀ, ਬਾਹਰ 2-3 ਗਾਰਡ ਖਲੋਤੇ ਸੀ, ਉਹਨੇ ਇਹਨੇ ਜਾ ਕੇ ਜਦੋਂ ਹਸ਼ਮਤ ਦਾ ਦੱਸਿਆ ਜਿਹਨੇ ਸੁਨੇਹਾ, ਤੇ ਸਾਈ ਅੰਦਰੋਂ ਨਿਕਲ ਕੇ ਆਪ ਆਇਆ ਤਾਂ ਫਿਰ ਇਹਨਾਂ ਨੂੰ ਅੰਦਰ ਲੈ ਕੇ ਗਿਆ ਸੀ। ਉਹ ਬੰਦੇ ਕਹਿੰਦੇ ਸੀ ਵੀ ਇਹ ਬਲਾਹ ਕਿਹੜੀ ਹੈ ਜਿਹੜੀ ਏਡੇ ਵੱਡੇ ਬੰਦੇ ਨੂੰ ਇਹ ਅੰਦਰ ਆਪ ਲੈ ਗਿਆ, ਨਹੀਂ ਤਾਂ ਸਾਈ ਤਾਂ ਕਿਸੇ ਦੀ ਗੱਲ ਨਹੀਂ ਸੁਣਦਾ। ਤੇ ਉਸ ਨੂੰ ਇਹਦਾ ਮਸਲਾ ਹੱਲ ਹੋਇਆ ਸੀ, ਉਹ ਸਾਈ ਦੀ ਵਜ੍ਹਾ ਤੋਂ ਮਸਲਾ ਇਹਦਾ ਹੱਲ ਹੋਇਆ ਸੀ ਹਸ਼ਮਤ ਦੇ ਜਾਣ ਦੇ ਨਾਲ, ਤੇ ਨਹੀਂ ਤਾਂ ਯੂਸਫ ਅਲੀ ਇਹਦੇ ਪਿੱਛੇ ਘੁੰਮਦਾ ਘੁੰਮਦਾ ਰਿਹਾ, ਇਹਨੂੰ ਮਾਰ ਪੈਣ ਤੋਂ ਬਚਾਈ ਰੱਖਿਆ ਉਹਨੇ, ਤੇ ਪਿੱਛੇ ਜਿੰਨੀ ਜਿੱਥੇ ਵੀ ਇਹਨੂੰ ਲਿਜਾਂਦੇ ਸੀ ਪਿੱਛੇ ਗੱਡੀ ਲੈ ਕੇ ਤੁਰਿਆ ਰਹਿੰਦਾ ਸੀ ਪਿੱਛੇ। ਉਹ ਕਹਿੰਦਾ ਸੀ ਇਹਨੂੰ ਆ ਦੂਸਰਾ ਜੋਗੀ ਕਹਿੰਦਾ ਸੀ ਤੂੰ ਬਲਾ ਕਿਹੜੀ ਹੈ, ਤੂੰ ਜਿਹੜਾ ਜਾਨ ਨਹੀਂ ਛੱਡਦਾ ਸਾਡੀ, ਤੂੰ ਬਲਾ ਕਿਹੜੀ ਹੈ, ਇਹਨੂੰ ਮਾਰ ਪੈਣ ਨਹੀਂ ਦਿੱਤੀ ਸੀ ਤਾਂ ਇਹਨੇ ਨਹੀਂ ਸੀ ਪੈਣ ਦਿੱਤੀ, ਜੇ ਇਹ ਅੱਗੇ ਪਿੱਛੇ ਹੋ ਜਾਂਦਾ ਤੇ ਇਹਨੂੰ ਇਹਦਾ ਡਾਕਟਰ ਦਾ ਉਹਨਾਂ ਨੇ ਤੁੰਬਾ ਤੁੰਬਾ ਕਰ ਦੇਣਾ ਸੀ ਮਾਰ ਮਾਰ ਕੇ। ਮਾਰ ਬੜੀ ਭੈੜੀ, ਮਾਰ ਮਾਰਦੇ ਪੁਲਿਸ ਵਾਲੇ ਬਹੁਤ ਭੈੜਾ, ਬਹੁਤ ਭੈੜਾ ਮਾਰ, ਇਹਦਾ ਕੁੜੀ ਹੱਡੀਆਂ ਨਾਲ ਮਾਰ ਛਡਾਉਂਦੇ ਆ ਜਦੋਂ ਫੇਰਦੇ ਪੁਲਿਸ ਵਾਲੇ। ਉਹ ਪੁਲਿਸ ਵਾਲੇ ਤੈਨੂੰ ਦੱਸਿਆ ਏਦਾਂ ਹੀ ਮਾਰਦੇ, ਤੂੰ ਕਹਿੰਦਾ ਨਾ ਹੁਣ, ਮੈਂ ਅੱਜ ਤਾਈ ਪੁਲਿਸ ਦੇ ਥਾਣੇ ਦੇ ਵਿੱਚ ਕਦੀ ਕਿਸੇ ਨਾਲ ਗੱਲ ਨਹੀਂ, ਅੱਲਾ ਦਿੱਤਾ ਮੱਲੂਗਾ ਇੱਕ ਜਦੋਂ ਮਰ ਗਿਆ, ਮੈਨੂੰ ਕਹਿੰਦੇ ਜੀ ਜਾਣਾ, ਮੈਂ ਇਹਨਾਂ ਨਿੱਕਿਆ ਕਦੇ, ਮੈਨੂੰ ਥਾਣੇ ਚ ਡਰ ਹੀ ਬੜਾ ਆਉਂਦਾ ਮੇਰੇ ਸਹੀ ਕੋਈ, ਮੈਂ ਇਹਨਾਂ ਦਾ ਬੁੜਾ ਵੀ ਸੀ ਨਾ, ਉਹਦਾ ਵੀ ਕਦੀ ਨਹੀਂ ਸੀ ਜਿੱਥੇ ਇਹਨਾਂ ਦਾ ਖਤਮਾ, ਇਹ ਨਾ ਬੰਦੇ ਵੀ ਹੋਣੀ ਸਾਰੇ ਕਹਿਣ ਲੱਗੇ ਬਸੇ ਨਾ ਜਾਣਾ, ਤੇ ਮੈਂ ਨਾ ਚਲ ਗਿਆ ਉੱਥੇ ਨਾ, ਹੁਣ
ਸਾਡੀ ਜਿਹੜਾ ਗੱਲ ਸੁਣਨੀ ਸੀ ਉੱਤੇ ਐਵੇਂ ਟਰਾਲਾ ਭਰਿਆ ਸੀ ਵੱਡੀ ਕਾਲ ਹਸ਼ਮਤ ਨੇ ਗੱਲ ਕਰਨੀ ਸੀ ਫਟੀਕ ਗਈ ਸੀ ਇਹ ਨਾ ਹਸ਼ਮਤ ਹੋਣੀ ਉੱਥੇ ਵੜ ਗਿਆ ਅੰਦਰ ਤੇ ਅਸੀਂ ਬਾਹਰ ਗਰਾਊਂਡ 'ਚ ਬੈਠੇ ਇੱਕ ਉਹਨਾਂ ਨੇ ਬੰਦਾ ਆਉਂਦਾ ਗਿਆ ਦੋ ਹੀ ਲਿੱਤਰ ਉਹਨੇ ਮਾਰੇ ਸਿਪਾਹੀ ਨੇ ਮਾਰੇ ਆ ਤੇ ਉਹ ਆ ਗਿਆ ਮੁੰਡਾ ਜਿਹਾ ਬਚਾਉਣਾ ਕਿੱਦਾਂ ਬਚਾਉਣਾ ਮੈਂ ਕਿੰਨੇ ਪੈਸੇ ਮੈਨੂੰ ਕਹਿੰਦਾ ਕਿ ਚਾਚਾ ਮੇਰੇ ਕੋਲ ਕੀ ਆ ਮੈਂ ਕਿਹਾ 1000 ਦੀ ਬੱਟ ਪੂਣੀ ਤੇ ਮੈਂ ਕਿਹਾ ਉਹ ਜਿਹੜਾ ਨਾ ਲਿੱਤਰ ਵਾਲਾ ਜਾਂ ਮੈਂ ਕਿਹਾ ਉਹਦਾ ਇੰਸਪੈਕਟਰ ਖੜਾ ਪਿੱਛੋਂ ਜਾ ਕੇ ਸੀ ਨਾ ਸਲਾਮਾਂ ਅਲੈਕਮ ਜੀ ਮੈਂ ਕਿਹਾ ਮੋਟੀ 'ਚ ਦੇ ਮੈਨੂੰ ਕਹਿੰਦਾ ਫੇਰ ਮੈਂ ਕਿਹਾ ਲਿੱਤਰ ਪੈਣੋਂ ਫੜ ਜਾਣ ਮੋੜ ਕੇ ਨਾ ਇਹ ਮੈਨੂੰ ਕਹਿਣ ਲੱਗੇ ਹੈਗੇ ਗਰੀਬ ਨੂੰ ਮਰਾਉਣਾ ਤੋਂ ਉਹ ਮੈਂ ਕਿਹਾ ਜਾਣ ਦਿਆ ਕਰੋ ਗੱਲਾਂ ਚਾਹ ਪਾਣੀ ਚਾਹੀਦਾ ਇਹਨਾਂ ਨੂੰ ਸਿੱਧੇ ਸਾਹਮਣੇ ਦੇ ਖਰਚਾ ਪਾਣੀ ਦੇ ਦੇ ਉਸ ਨਾ ਬੰਦੇ ਨੇ ਇੱਦਾਂ ਹੀ ਕੀਤੀ ਉਹਨੇ ਇੱਦਾਂ ਫੜਿਆ ਤੇ ਫੜ ਕੇ ਸਲਾਮਾਂ ਅਲੈਕੁਮ ਚੌਧਰੀ ਜੀ ਆ ਬੰਦਾ ਉਹ ਜਦੋਂ ਰੁਪਈਆ ਉਹਦੀ ਮੁੱਠ 'ਚ ਦਿੱਤਾ ਇਹਨਾਂ ਉਹਨੂੰ ਕਹਿੰਦਾ ਭੈਣ ਜਿੱਦਾਂ ਲਿੱਤਰ ਲਾਂਬੇ ਮਾਰ ਉਹਨੇ ਪਾਸੇ ਨਾਲ ਮਾਰਨੇ ਸ਼ੁਰੂ ਹੋਇਆ ਬੋਲ ਧੀ ਆ ਕਹਿੰਦੇ ਚੱਲ ਰੌਲੀ ਪਾ ਲਓ ਜੀ ਰੌਲੀ ਉਹਨੇ ਦੁੱਗਣੀ ਪਾ ਬੰਦਾ ਬੇਚਾਰਾ।